ਕਿੱਥੇ ਆ ਜਿੱਥੇ ਸਟੇਜ ਲੱਗੀ ਹੋਈ ਆ ਦੋ ਗਲੀ ਉੱਥੇ ਦਿਖਾਉਂਦੇ ਹੁੰਦੇ ਨੇ ਜਿਹੜੇ ਗ੍ਰਾਹਕ ਵਾਲੇ ਨੇ ਦੇਖਿਓ ਨੇ ਹੁਣ ਕਿੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਉਹਦਾ ਪੇਜ ਤੇ ਘੱਟ ਲਾਈਵ ਹੋਇਆ ਹੁਣ ਪਿਛਲੇ ਕਾਫੀ ਟਮੇ ਤੋਂ ਤੇ ਅੱਜ ਹੀ ਮੈਨੂੰ ਲੱਗਦਾ ਤੀਜੀ ਵਾਰ ਲਾਈਵ ਹੋ ਗਈ ਆਪਾਂ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਆਪਾਂ ਠੀਕਰੀ ਬਾਰਡਰ ਤੇ ਆਏ ਹੋਏ ਆ ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਤੇ ਹੋਰ ਵੀ ਭਰਾਵਾਂ ਨੂੰ ਕਹਿੰਦੇ ਹਾਂ ਵੀ ਸਾਰੇ ਪਹੁੰਚੋ ਜ਼ਿਆਦਾ ਤੋਂ ਜ਼ਿਆਦਾ ਪਹੁੰਚੋ ਅਤੇ ਅੱਜ ਅਸੀਂ ਟਰੈਕਟਰ 'ਤੇ ਗੇੜਾ ਦੇਣ ਗਏ ਸੀਗੇ ਟਰੈਕਟਰ 'ਤੇ ਗੇੜਾ ਦੇ ਕੇ ਆਏ ਅਤੇ ਬਹੁਤ ਵਧੀਆ ਲੱਗਿਆ ਅਤੇ ਆਪਾਂ ਡੇਲੀ ਜਿੱਦਾਂ ਕਿ ਇੱਕ ਗੇੜਾ ਦਿਆ ਕਰਾਂਗੇ ਟਰੈਕਟਰ 'ਤੇ ਇੱਥੇ ਮਿਲਿਆ ਕਰਾਂਗੇ ਸਾਰਿਆਂ ਨੂੰ ਅੱਜ ਮਾਤਾਵਾਂ ਨੂੰ ਰੋਟੀਆਂ ਲਾਉਂਦੀਆਂ ਨੂੰ ਮਿਲ ਕੇ ਆਏ ਅਤੇ ਬਾਪੂ ਜੀ ਉਹਨਾਂ ਨੂੰ ਮਿਲ ਕੇ ਆਏ ਸਬਜ਼ੀ ਚੀਰਦਿਆਂ ਨੂੰ ਅਤੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਅਤੇ ਬਹੁਤ ਵਧੀਆ ਮਾਹੌਲ ਆ ਅਤੇ ਸਾਰੇ ਪਹੁੰਚੋ ਜ਼ਿਆਦਾ ਤੋਂ ਜ਼ਿਆਦਾ ਪਹੁੰਚੋ ਅਤੇ ਅਸੀਂ ਹੁਣ ਪਿਆ ਜਿੱਦਾਂ ਕਿ ਟਰਾਲੀ ਦੇ ਵਿੱਚ ਇਹ ਨਾਲ ਮੁੰਡੇ ਆਪਣੇ ਅਤੇ ਪਾਡਾ ਆਪਣਾ ਬੇਨੜੇ ਵਾਲਾ ਪੀਟਰ ਗਾਗਾ ਅਤੇ ਇੱਧਰ ਇਕਬਾਲ ਹੈਪੀ ਸਾਰੇ ਹੁਣ ਜਿੱਦਾਂ ਕਿ